क्यों कड़ी ने बेच दही पैंदा आग हला रे मिर्चा मिर्चे ऐना बहुत आ बल्ले नहीं मां दी दी की बना के गई बिल्कुल अलग तरीके दे बनाए कड़ी चावल अमृतित कड़ी ओके गाइस वेलकम बैक टू नवा ब्लॉग आ गया भाई ਤੁਹਾਡੇ ਲਈ ये बड़ा वखरा होगा क्योंकि ये शायद मैनूं लगदा कदी बनाया नहीं आपां हैना कड़ी कड़ी चावल एदे है ना चावल कड़ी के साथ चावल अज फिर बेचारी रज्जी कल्ली आ ते क्योंकि घरे काम बहुत ज्यादा हो गए ही डैडी ते जिस कारण गए मोटर ते दूसरी मोटर ते अपनी ते मम्मी घरे सी मम्मी कहंदी मैं अज नहीं आउणा हैना रज्जी इदां ही होया ना ਨਾਲ ਬੈਠਣਗੇ ਗੱਲਾਂ ਬਾਤਾਂ ਕਰਾਂਗੇ ਤੇ ਨਾਲੋਂ ਜਲਦੀ ਜਲਦੀ ਅਸੀਂ ਆਪਦਾ ਖਾਣਾ ਪੀਣਾ ਪਕਾ ਕੇ ਘਰੇ ਚੱਲਾਂਗੇ ਜਲਦੀ ਤੇ ਰੱਜੀ ਇੱਥੇ ਉਹ ਛਾਨਣੀ ਨਾ ਉਹ ਛਾਨਦੀ ਪਈ ਆ ਕੀ ਆ ਇਹ ਬੇਸਨ ਬਾਲਣ ਕਿੱਥੇ ਅੱਗ ਬਾਲਾਂ ਲੋ ਗਾਇਜ਼ ਹੁਣ ਨਾ ਬੇਸਨ ਦੇ ਵਿੱਚ ਦਹੀਂ ਪਾ ਦੇਣਾ ਮਿਰਚ ਡੁੱਲੀ ਮੜੀ ਜੀ ਰੱਜੇ ਹੁਣ ਅੱਗੋ ਸਾਰਾ ਦਹੀਂ ਪਾ ਦੇਣਾ ਅੱਛਾ ਇਹ ਇਦਾਂ ਪਹਿਲੀ ਵਾਰੀ ਵੇਖਣ ਲੱਗਾ ਮੈਂ ਕਿਉਂ ਇਦਾਂ ਕਦੀ ਵੇਖਿਆ ਨਹੀਂ ਰੈਸਪੀ ਆਹ ਵਾਲੀ ਕਿਉਂ ਕੜੀ ਦੇ ਵਿੱਚ ਦਹੀਂ ਪੈਂਦਾ ਅੱਛਾ ਉਹ ਗੱਲ ਵੱਖਰੀ ਹੈ ਤੂੰ ਕਦੀ ਖਾਧੀ ਨਹੀਂ ਕੜੀ ਨਹੀਂ ਨਹੀਂ ਕੜੀ ਹੈ ਜਦੋਂ ਅੱਗੇ ਬਣਾਈ ਦਹੀਂ ਪਾਇਆ ਤੁਸੀਂ ਨਾ ਆਪਾਂ ਦਹੀਂ ਜਿਵੇਂ ਨਹੀਂ ਹੁੰਦਾ ਚੀਜ਼ ਤਾਂ ਫੇਰ ਥੋੜੀ ਪਾਈ ਦਾ ਉਹ ਹੀ ਨਾ ਮੈਂ ਤਾਂ ਚਮਚਾ ਬਣਾ ਦੇ ਉੱਥੇ ਬਸ ਕੱਲਾ ਇੱਕ ਚਮਚਾ ਦੇ ਦੇ ਮੰਮੀ ਕੱਲਾ ਚਮਚਾ ਲਿਆਂਦਾ ਹੂੰ ਉੱਥੇ ਵਾਧੂ ਪਾ ਹੈ ਦੂ ਇੰਨਾ ਹੀ ਨਾ ਪਾ ਦੇ ਚਲੋ ਗਏ ਹਲਦੀ ਪਾਵਾਂਗੇ ਹੁਣ ਆਹ ਕੀ ਲਿਖਿਆ ਹਾਂਡਾ ਇੱਥੇ ਲਿਖਿਆ ਆ ਮੈਂ ਤੂੰ ਮੈਨੂੰ ਦਿੱਤਾ ਸੀ ਨਾ ਉਹ ਅੱਛਾ ਹੋਰ ਪਾ ਹਲਦੀ ਨਾ ਥੋੜੀ ਹਲਦੀ ਨਹੀਂ ਰੱਖਣੀ ਹਨਾ ਮਿਰਚੀ ਇਹ ਕਿਤੇ ਹਜੇ ਗਾਇਸ ਕੰਮ ਬਹੁਤ ਇਨਕੰਪਲੀਟ ਆ ਮੇਰੇ ਪੈ ਮੈਂ ਨਾ ਹੋਮ ਕਲੀਨਿੰਗ ਕਰਦਾ ਪਿਆ ਸੀ ਅੱਜ ਤੇ ਨਾਲ ਮੇਰੇ ਰੱਜੀ ਆ ਹੁਣ ਤੇ ਰੱਜੀ ਕਹਿੰਦੀ ਆਪਾਂ ਵਲੌਗ ਬਣਾ ਆਈਏ ਫਿਰ ਕਰਦੇ ਆ ਕੇ ਹਨਾ ਰੱਜੀ ਇਦਾਂ ਹੈ ਨਾ ਮਾੜੀ ਜੀ ਚੱਲ ਬਸ ਬੰਦ ਕਰਕੇ ਮਾੜੀ ਜੀ ਕਿੰਨਾ ਵਧੀਆ ਲੱਗਦਾ ਵੀ ਕਿ ਹਨਾ ਪੇਸਟ ਤਿਆਰ ਹੋ ਗਈ ਹੁਣ ਇਹ ਪਕੌੜੇ ਕੱਢ ਲੈਣੇ ਨਾ ਨਹੀਂ ਇਹ ਤੇ ਥੋੜੀ ਪਕੌੜੇ ਹਾਂ ਕਰ ਲੈ ਅੱਗ ਬਾਲ ਅੱਗ ਬਾਲ ਤੂੰ ਮੰਮੀ ਚਲੋ ਗਾਇਸ ਤੇਲ ਆਪਾਂ ਇਹਦੇ ਚ ਪਾ ਕੇ ਜੀਰਾ ਪਾ ਕੇ ਇਸ ਤੋਂ ਬਾਅਦ ਚ ਰਾਈ ਪਾ ਕੇ ਰਾਈ ਉਹ ਕੀ ਹੁੰਦਾ ਰਾਈ ਰਜੀ ਰਾਈ ਸਰੋਂ ਹੁੰਦੀ ਹੈ ਮਾੜਾ ਚੱਕਦੇ ਕੋਈ ਚੱਕਦੇ ਆਹ ਉਹ ਪਟਾਕੇ ਪੈ ਲੱਪੇ ਆ ਪਾਤਾ ਲੌਂਗ ਪਾਤਾ ਹੈ ਕਿ ਇੱਥੇ ਉਹ ਨਾ ਹੋ ਜਵੇ ਲੌਂਗ ਵੀ ਪਾ ਮੇਥੀ ਵੀ ਪਾਤੇ ਆ ਬੜਾ ਕੁਝ ਪਾਈ ਆ ਓਲੀਵ ਆਇਲ ਫੜ ਥੋੜਾ ਪਾ ਵਿੱਚ ਮੜਾ ਜਿਆਦਾ ਨਾ ਪਾ ਇੰਨਾ ਨਾ ਮੈਂ ਦੱਸ ਦੂੰ ਕਾਲੀ ਮਿਰਚ ਦਾਲ ਚੀਨੀ ਅਦਰਕ ਹਰੀ ਮਿਰਚ ਇਹਦੇ ਵਿੱਚ ਆਪਾਂ ਪਾਣੀ ਪਾ ਲਾਂਗੇ ਇਨਾ ਪਾਈ ਜਾਂਦੀ ਰੱਜੀ ਬਾਅਦ ਹੀ ਪਤਾ ਲੱਗੂ ਹੁਣ ਇਹਦੇ ਚ ਪਾ ਦੇਣਾ ਵਾਹ ਹੋਰ ਲਾ ਦੇ ਹਨਾ ਨਹੀਂ ਹਾਂ ਕੀ ਲਾ ਦੇ ਹੋ ਤਾਂ ਗਿਆ ਨਾ ਇਹ ਟਾਈਮ ਬਹੁਤ ਲੱਗਣਾ ਇਹਨੂੰ ਪਕਾਉਣਾ ਵੀ ਆ ਆਹ ਕੀ ਕੀਤਾ ਆ ਐ ਲਾਦਾ ਕੁਜੀਆਂ ਵਿੱਚ ਸੱਪ ਰੱਖਦੇ ਹੁੰਦੇ ਨਾ ਜੋਗੀ ਇਦਾਂ ਦੀਆਂ ਉਹ ਮਿਰਚਾਂ ਰੱਖੀਆਂ ਹੋਈਆਂ ਚਲੋ ਗਾਇਸ ਇੱਥੇ ਤਾਂ ਰੈਡੀ ਹੁੰਦਾ ਪਿਆ ਆਪਣਾ ਸਮਾਨ ਖਾਣ ਪੀਣ ਨੂੰ ਇੱਧਰ ਆਪਾਂ ਸੈਰਾ ਕਰਨ ਚੱਲੇ ਆ ਹੁਣ ਹਾਂ ਕੀ ਦਾ ਆਲਣਾ ਉਹ ਵਾਹ ਗਾਇਸ ਚਲੋ ਚਿੜੀਆਂ ਦਾ ਆਲਣਾ ਵਿਖਾਉਣੇ ਤੁਹਾਨੂੰ ਪਰਿਓ ਆਪਾਂ ਕਿਹੜਾ ਕੁਝ ਕਰਨਾ ਵਾ ਵਿੱਚ ਹੈ ਕੀ ਚਿੜੀ ਵੇਖਾਂ ਕਿੰਨੀ ਮਿਹਨਤ ਕਰਦੀਆਂ ਯਾਰ ਚਿੜੀਆਂ ਹਾਂ ਵੇਖੋ पर वे है ही नहीं कोई तैयारी की है ना उन्हें यार वाकई कि पक्का लाया वाह भाई वाह गाइस क्या कला यार देखो कला देखो उन्हें पत्तियां में शेक काट काट के मैं तुम्हें दिखाना आ देखो ए लाथ दानी बहुत पक्का ओ तेरा भला जी ਸਟੈਪਲਰ ਨਹੀਂ ਜਿੱਦਾਂ ਆਪਾਂ ਲਾ ਕੇ ਨਾਲ ਨਾਲ ਉਹ ਵਾਹ ਬਈ ਵਾਹ ਵਾਹ ਬਈ ਵਾਹ
बल्ले नी मां दी धीए की बना के गई हां। रुख तो अपना विशाल ही बन गया है ना रज्जी वेखी, कदी ध्यान ही नहीं दिता। आ टाली तो क्या बन गई, आ परली भी बहुत वड्डी, नजारा नजारा मोटर दे साडी रुखां नाल ही आ यार, रुख ना होन तो बहुत भैड़े ही लगू। वाह बूंदी तेन कि पानी रज तेन बड़ा कुछ आ चलो गाइस देखो इधर, नहीं नहीं मिन्नू गोल गोल घुमा के कड़ी बहुत घैंट बनाई, देखो इधर इन्होंने वाओ गुरुआ एंड बनाई है। हला दे हुन मिर्चा नीचे, हां बन गई कड़ी। चावल कदो बनाने इथे खाने ना, हाय हाय हत नजारा ही आ यार। हां पूतना ले आई, पूतना चार पूतना लिया ले भाई, अपने जेड़ा पूतना वो इथे ही अपने मोटर ते हुंदा पूतना हुंदा ते नहीं, घा दे विच ही बचा लिया असीं ਵਧੀਆ ਤੋੜ ਲਾ ਜਿਹੜਾ ਸੋਹਣਾ ਸੋਹਣਾ ਵਾ। ਚੱਲ ਇੱਥੇ ਮੋਟਰ ਤੇ ਵੱਡੇ ਹੋਏ ਨਾ ਮਰੂਦ, ਇੱਥੇ ਖਾਇਆ ਕਰਾਂਗੇ। ਉਧਰ ਮੰਮੀ ਹੁਣੀ ਚੌਲਾਂ ਦਾ ਕੰਮ ਕਰਦੇ ਪਏ ਆ, ਧੋਂਦੇ ਪਏ ਆ, ਤੇ ਇੱਧਰ ਕੜੀ ਜਿਹੜੀ ਬਣ ਕੇ ਰੈਡੀ ਹੋ ਗਈ ਆ, ਤੇ ਉੱਤੇ ਹੁਣ ਪਾਉਣੇ ਪੱਤੇ ਪੁਦੀਨੇ ਦੇ। ਨਾਪੀ ਜਲਦੀ ਦੇ ਦੇ ਕੋਈ ਨਹੀਂ, ਖੁੱਲਾ ਪਾਣੀ ਲਿਆ ਮੈਂ ਤਾਂ ਕਦੀ ਨਹੀਂ ਬਾਈ ਦਾ ਕੋਲ ਉਤਨਾ ਪਾ ਦਾਂਗੇ ਆਪਾਂ ਗਾਇਸ ਇਹਦੇ ਵਿੱਚ ਠੰਡਕ ਲਈ। ਕੜੀ ਦੇ ਵਿੱਚ ਤੁਸੀਂ ਉਹ ਵੀ ਪਾਈ ਆ, ਆ ਕੀ ਨਿੱਕੇ ਬੂੰਦੀਆਂ ਵਾ, ਹਾਏ ਇਹ ਤੇ ਕਿੱਥੇ ਵੇਖਿਆ ਐਡਾ ਘੈਂਟ, ਇਹ ਰੀਲ ਤੇ ਓਏ ਵਾਓ, ਇਹ ਕੜੀ ਵੇਖਣ ਨੂੰ ਬਹੁਤ ਘੈਂਟ ਲੱਗਦੀ ਪਈ। ਤੂੰ ਇੱਕ ਰੱਖ ਸਹੀ, ਰੱਖਾਂ ਕੀ ਐਨਾ ਬਹੁਤ ਆ, ਜਿੰਦੇ ਕੋ ਪਕੌੜੇ ਨਹੀਂ ਨਾ ਬੰਦੇ ਉਹ ਫਿਰ ਇਦਾਂ ਕਰ ਸਕਦਾ, ਜਿੰਨਾ ਹੈਗਾ ਇੰਨਾ ਲਿਆ ਵਾ, ਸਹੀ ਨਾ ਸਹੀ ਆ ਸਹੀ ਆ। गैस बालन मुक गया तो लकड़ लभी है, लकड़ नू वेखो तोड़दा पिया, एदा टुट जूगी लकड़ कदी देख लो, एक कबाड़ी ना हां वैसे गली पई टुटी खांदी, हां ले एदा कबड़ा बठल ले आना ही, थोड़ा थोड़ा तोड़ के विच पा के वाले वेख लो कबाड़ियां ना ले आंदे काटे जान ना भाई मम्मी नूं परफेक्ट काम दा पता भी किन्ना पानी पैना विच किन्नी दी लोड़ आ। चलो बई हुण रज्जी कट्टन लगी आ खीरे बालन लोन डे विच चूल्हे दे, ते चूल्हा भी टुट गया थोड़ा जिहा, तो लिपण आला वा हुण। चलो गाइस टाइम बहुत हो गया, हर वारी इन्ना टाइम हो जांदा, 6 बज गए आ हना रज्जी, ते आपां जल्दी जल्दी चौल खाने आ, चौल पा के जिस कारण उन्होंने खवाने टेस्ट करवाने बिल्कुल अलग तरीके दे। गाइस आ कड़ी बनाई बिल्कुल अलग तरीके दी, जे तुसी इदां दी कड़ी बनाई तो दस्यो ठीक है। ओहो चमचा विच डिग पिया, चल कोई नहीं रेसिपी दसी किदां बनाई आ, हां दसी आ ओए गर्म बड़ी ओए। चलो गाइस घर ही बनाऊ, जल्दी ले आ पे भरावा, जे अलग तरीके दी आ तां स्वाद खा जी के ते। चलो गाइस नाल सैलेड आ, थोड़े दही रखी पा के चंगा, हाँ तेन थोड़े दो।
ਚਾਲ ਜੀ ਮੇਰਾ ਵੀ ਦਿਲ ਕਰਨ ਲੱਗ ਪਿਆ ਰੱਜੀ ਮੈਨੂੰ ਵੀ ਪਾ ਦੇ ਚਾਲ ਜੀ ਚਲੋ ਗਾਇਸ ਉਹਨਾਂ ਨੂੰ ਦੇ ਆ ਜੀ ਟਮਾਟਰ ਨਹੀਂ ਹੋਏ ਇਹ ਤੂੰ ਸਿਰ 'ਚ ਥੱਪੇ ਮਾਰੀ ਕੀ ਕਰਦਾ ਪਿਆ ਲੈ ਬਈ ਲਿਆਓ ਮੰਮੀ ਨੂੰ ਨਾ ਇਹ ਜਿਸ ਕਰਨ ਨੂੰ ਦੇ ਉਹ ਮੰਮੀ ਨੂੰ ਕੌਲੀ 'ਚ ਪਾ ਕੇ ਦੇਖ ਹਾਂ ਓ रजी गल गलत है ना मैं फिर वेंदा रहूंगा ये तो स्वाद आ ओ यार पाया बड़ा कुछ आ अमृती विच ना बहुत कुछ पाया कोई नहीं रजी अमृती है ना एक ही कड़ी आ तेनू अमृती तो कड़ी अमर अमृती कौर ये नाम ही है ना अमरजीत कौर खरे नहीं अमृती कौर की नाम आ अमरजीत कौर अमृती कौर कही है नाम गर्मा फूका मार मार खाओ चलो गाइस बाय बाय मिलांगे कल नूं चलो गैस अज बनी कड़ी ते चौल लापरी हुंदा चैनल ते वेख लो बड़े स्वाद बने ही ते हुण आपां ब्लॉग दा एंड करदे जे वधिया लगा लाइक जरूर करो चैनल सबसक्राइब कर दो मिलांगे अगले ब्लॉग दे विच बाय।